हाँ जी, देशां विदेशां विच वसदे होए देश पंजाब दे वासीओ, अज आप जी नूं वैसे पता लग भी गया होना है कि भाई अमृतपाल सिंह ने अज गिरफ्तारी दे दित्ती आ। जो काफी चिर तों इह अटकलां चल रहियां सीगियां कि पुलिस की कस्टडी विच है, कित्थे है, बहुत ज्यादा समर्थक तो यही सोचते सी कि भाई साहब जिहड़े आ ਉਹ ਪੁਲਿਸ ਕਸਟਡੀ ਚ ਆ। ਜਿਹੜੀਆਂ ਵੀਡੀਓ ਬਣ ਕੇ ਆਈਆਂ ਸਨ ਉਹ ਪੁਲਿਸ ਨੇ ਆਪਣੇ ਅੰਡਰ ਕਰਕੇ ਦਵਾਈਆਂ, ਜੋ ਕਿ ਇੱਕ ਬਹੁਤ ਗਲਤ ਗੱਲ ਸੀ, ਜੋ ਸਮਰਥਕਾਂ ਵੱਲੋਂ ਹੀ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਜਨਮ ਸਥਾਨ ਰੋਡੇ ਪਿੰਡ ਵਿਖੇ ਗੁਰੂ ਘਰ ਜਾ ਕੇ ਆਪਣੀ ਗ੍ਰਿਫਤਾਰੀ ਦਿੱਤੀ ਹੈ। ਸੋ ਆਹ ਵੀਡੀਓ ਜਿਹੜੀਆਂ ਨੇ ਤੁਸੀਂ ਵੇਖ ਸਕਦੇ ਹੋ, ਉਹ ਮੌਕੇ ਦੀ ਵੀਡੀਓ ਨੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰ ਦਿੱਤੀ। ਸੋ ਸਾਨੂੰ ਕਦੀ ਵੀ ਬਿਨਾਂ ਸੋਚ ਸਮਝਣ ਤੋਂ ਇਹੋ ਜਿਹੀਆਂ ਅਟਕਲਾਂ ਜਿਹੜੀਆਂ ਨੇ ਲਾਈਆਂ ਜਾਣੀਆਂ। ਕੋਈ ਕਹਿ ਰਿਹਾ ਸੀ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਤਮ ਕਰ ਦਿੱਤਾ, ਕੋਈ ਕਹਿ ਰਿਹਾ ਸੀ ਜੀ ਉਹ ਤੇ ਪੁਲਿਸ ਦੀ ਕਸ਼ੀ ਚ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਹੁਣ ਉਹ ਕੀ ਜਵਾਬ ਦੇਣਗੇ ਜਿਹੜੇ ਗਲਤ ਮੀਡੀਆ ਵਾਲੇ, ਜਿੱਕੇ ਕਈ ਮੀਡੀਆ ਵਾਲੇ ਨੇ ਜਿਹੜੇ ਗਲਤ ਬਿਆਨ ਦਾਏ ਸੀਗੇ ਜੀ, ਉਹਨੂੰ ਬਹੁਤ ਕੁੱਟਿਆ ਜਾ ਰਿਹਾ ਜੀ, ਉਹਦਾ ਤੇ ਕੁੱਟ ਕੁੱਟ ਕੇ ਅੱਧ ਮਰਿਆ ਕਰ ਦਿੱਤਾ। ਉਹ ਜਵਾਬ ਦੇਣਗੇ ਹੁਣ ਮੀਡੀਆ ਵਾਲੇ ਕਿ ਜਿਹੜੇ ਇਹੋ ਜਿਹੀਆਂ ਗੱਲਾਂ ਕਰਕੇ ਸੰਗਤਾਂ ਦੇ ਮਨ ਦੇ ਵਿੱਚ ਡਰ ਪੈਦਾ ਕਰ ਰਹੇ ਸੀਗੇ। ਜੋ ਦਾਸ ਨੇ ਕਿਹਾ ਸੀਗਾ ਵੀ ਭਾਈ ਅੰਮ੍ਰਿਤਪਾਲ ਸਿੰਘ ਚੜ੍ਹਦੀ ਕਲਾ 'ਚ, ਤੇ ਬਹੁਤ ਜ਼ਿਆਦਿਆਂ ਨੇ ਮੈਨੂੰ ਵੀ ਇਹ ਗੱਲ ਕੀਤੀ ਜੀ ਇਹ ਪੁਲਿਸ ਨਾਲ ਰਲ ਕੇ ਪੁਲਿਸ ਦੀ ਬੋਲੀ ਬੋਲ ਰਿਹਾ ਜੀ। ਹੈਰਾਨ ਦੀ ਗੱਲ ਸੀ ਵੀ ਜਿਹੜੇ ਸਹੀ ਗੱਲ ਕਰਨ ਨੂੰ ਵੀ ਤੇ ਨਾਲ ਦੀ ਨਾਲ ਉਹਨੂੰ ਗਦਾਰ ਐਲਾਨ ਕਰ ਦਿੰਦੇ ਆ ਲੋਕ। ਬਹੁਤ ਲੋਕ ਜਿਹੜੇ ਸਮਰਥਕ ਸੀ ਪੱਕੇ, ਉਹ ਕਹਿਣ ਲੱਗੇ ਜੀ ਅੱਜ ਤੋਂ ਬਾਅਦ ਸਾਡੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ। ਹੁਣ ਜਿਹੜੇ ਮੇਰੇ ਨਾਲ ਸਤਿ ਸ੍ਰੀ ਅਕਾਲ ਕਰ ਰਹੇ ਸੀਗੇ ਵੀ ਅੱਜ ਤੋਂ ਬਾਅਦ ਤੁਹਾਡੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਵੀ ਤੁਸੀਂ ਕਹਿ ਦਿੱਤਾ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਕਸ਼ਟੀ ਚ ਨਹੀਂ ਬਾਹਰ ਏ, ਹੁਣ ਉਹ ਜਵਾਬ ਦੇਣਗੇ। ਜਿਹੜੇ ਮੈਨੂੰ ਮਾੜਾ ਬੋਲ ਰਹੇ ਸੀ ਉਹ ਜਵਾਬ ਦੇਣਗੇ ਹੁਣ। ਜਿਹੜੇ ਕਹਿ ਰਹੇ ਸੀ ਤੁਸੀਂ ਪੁਲਿਸ ਦੀ ਬੋਲੀ ਬੋਲ ਰਹੇ ਹੋ, ਪੁਲਿਸ ਨਾਲ ਰਲ ਕੇ ਗੱਲ ਕਰ ਰਹੇ ਹੋ ਵੀ ਹਾਂ ਅੰਮ੍ਰਿਤਪਾਲ ਸਿੰਘ ਬਾਹਰ ਏ, ਉਹ ਤੇ ਪੁਲਿਸ ਦੀ ਕਸਟਡੀ ਚ ਏ, ਤੇ ਪੁਲਿਸ ਨੇ ਤੁਹਾਨੂੰ ਬਹੁਤ ਜ਼ਿਆਦਾ ਇੰਟਰਵਿਊ ਕੀਤਾ, ਅੱਜ ਤੇ ਸਾਰਾ ਕੁਝ ਸਾਹਮਣੇ ਹੋ ਗਿਆ। ਸੋ ਬਾਕੀ ਆ ਵੀਡੀਓ ਵੇਖਿਓ ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਆਪਣੀ ਗ੍ਰਿਫਤਾਰੀ ਦੇ ਰਹੇ ਨੇ। ਸੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੁਹਾਡੇ ਨਾਲ ਵਿਚਾਰ ਕਰਾਂਗੇ। ਬਾਕੀ ਆ ਜਿਹੜਾ ਪੇਜ ਆ ਬਗੀਚਾ ਸਿੰਘ ਵੜੈਚਲ ਆ, ਇਹ ਪੇਜ ਦੇ ਉੱਤੇ ਪਾਬੰਦੀਆਂ ਲੱਗੀਆਂ ਨੇ, ਇਹਦੇ ਉੱਤੇ ਲਾਈਵ ਨਹੀਂ ਮੈਂ ਕਰ ਸਕਦਾ 27 ਦਿਨ, ਤੇ ਹੋਰ ਵੀ ਇਹਨਾਂ ਨੇ ਮੇਰੇ ਕਾਫੀ ਪਾਬੰਦੀ ਲਾਤੀਆਂ ਨੇ। ਤੇ ਤੁਸੀਂ ਜੇ ਮੇਰੇ ਤੋਂ ਲਾਈਵ ਸੁਣਨਾ ਤੇ ਮੈਂ ਯੂਨੀਵਰਸਲ ਆਪਣਾ ਯੂਨੀਵਰਸਲ ਖਾਲਸਾ ਨਾਲ ਜਿਹੜਾ ਉਹ ਵੀ ਇਹਨਾਂ ਨੇ ਬੰਦ ਕਰ ਛੱਡਿਆ। ਹੁਣ ਪਾਵਰ ਆਫ ਪੰਜਾਬ ਟੀਵੀ ਇੱਕ ਚੈਨਲ ਆ, ਉਹਦੇ ਉੱਤੇ ਮੈਂ ਲਾਈਵ ਆਵਾਂਗਾ, ਉਹ ਮੈਂ ਉਹਦਾ ਲਿੰਕ ਜਿਹੜਾ ਮੈਂ ਜਲਦੀ ਮੰਗਾ ਰਿਹਾ ਵਾਂ, ਤੇ ਪਾਵਰ ਆਫ ਪੰਜਾਬ ਟੀਵੀ ਤੇ ਜਾਂ ਪੰਜਾਬੀ ਵਿੱਚ ਬਗੀਚਾ ਸਿੰਘ ਤਗੜਾ, ਉਹ ਜਿਹੜਾ ਮੇਰਾ ਪੇਜ ਹੈ ਉਹ ਤੋਂ ਮੈਂ ਲਾਈਵ ਆਵਾਂ ਕਰਾਂਗਾ। ਇਸ ਪੇਜ ਤੋਂ ਮੈਂ ਲਾਈਵ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਨੇ ਮੈਨੂੰ ਪਾਬੰਦੀ ਲਾਤੀ ਆ। ਬਾਕੀ ਵੀਡੀਓ ਵੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਵਿਆਪੈ ਭਵਿੱਤਤਾ, ਦੁੱਖ ਤਦੇ ਜਾਂ ਵਿਸਰ ਜਾਵੇ, ਦੁੱਖ ਵਿਆਪੈ ਭਵਿੱਤਤਾ। ਜੇ ਕਦੀ ਗ੍ਰਿਫਤਾਰੀ ਦੀ ਗੱਲ ਹੁੰਦੀ ਤੇ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ, ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ ਦੁਨੀਆਂ ਭਰ ਦੇ ਸਾਹਮਣੇ ਹੋਇਆ, ਜੋ ਸਿੱਖ ਨੌਜਵਾਨਾਂ ਦੇ ਜਬਰ ਢਾਲਿਆ ਗਿਆ, ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਅਸੀਂ ਦੋਸ਼ੀ ਨਹੀਂ, ਦੁਨਿਆਵੀ ਕਚਹਿਰੀਆਂ ਚ ਅਸੀਂ ਦੋਸ਼ੀ ਹੋ ਸਕਦੇ ਹਾਂ। ਸੋ ਇੱਕ ਮਹੀਨੇ ਤੋਂ ਬਾਅਦ ਚ ਅਸੀਂ ਅੱਜ ਫੈਸਲਾ ਕੀਤਾ ਵੀ ਇਸ ਧਰਤੀ ਤੇ ਲੜੇ ਹਾਂ, ਇਸ ਧਰਤੀ ਤੇ ਲੜਾਂਗੇ, ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ। ਹੋ ਗਿਆ ਜੇ ਕਦੀ ਗ੍ਰਿਫਤਾਰੀ ਦੀ ਗੱਲ ਹੁੰਦੀ ਤੇ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ, ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ ਦੁਨੀਆਂ ਭਰ ਦੇ ਸਾਹਮਣੇ ਹੋਇਆ, ਜੋ ਸਿੱਖ ਨੌਜਵਾਨਾਂ ਦੇ ਜਬਰ ਢਾਲਿਆ ਗਿਆ, ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਅਸੀਂ ਦੋਸ਼ੀ ਨਹੀਂ, ਦੁਨਿਆਵੀ ਕਚਹਿਰੀਆਂ ਚ ਅਸੀਂ ਦੋਸ਼ੀ ਹੋ ਸਕਦੇ ਹਾਂ। ਸੋ ਇੱਕ ਮਹੀਨੇ ਤੋਂ ਬਾਅਦ ਚ ਅਸੀਂ ਅੱਜ ਫੈਸਲਾ ਕੀਤਾ ਵੀ ਇਸ ਧਰਤੀ ਤੇ ਲੜੇ ਹਾਂ, ਇਸ ਧਰਤੀ ਤੇ ਲੜਾਂਗੇ, ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ।